ਸਤਿ ਸ਼੍ਰੀ ਅਕਾਲ ਦਰਸ਼ਕੋ, ਅੱਜ ਆਪਾਂ ਗੱਲ ਕਰਾਂਗੇ ਕਿ ਟੈਸਟ ਟਿਊਬ ਬੇਬੀ ਕਿਵੇਂ ਕੀਤਾ ਜਾਂਦਾ ਹੈ ਅਤੇ ਟੈਸਟ ਟਿਊਬ ਬੇਬੀ ਦਾ ਆਪਾਂ ਕਾਮਯਾਬੀ ਦਰ ਕਿਵੇਂ ਵਧਾ ਸਕਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਇੱਕ ਬਾਂਝਪਨ ਜੋੜਾ ਹੈ ਜਿਹਨੂੰ ਕਿ ਸੰਤਾਨ ਸੁੱਖ ਦੀ ਪ੍ਰਾਪਤੀ ਨਹੀਂ ਹੋ ਰਹੀ, ਕਿ ਕਿਹੋ ਜਿਹੇ ਕੇਸਿਸ ਵਿੱਚ ਟੈਸਟ ਟਿਊਬ ਬੇਬੀ ਕੀਤਾ ਜਾਂਦਾ ਹੈ। ਜਿਨ੍ਹਾਂ ਵੀ ਕਪਲਸ ਦੀ ਲੇਡੀਜ਼ ਦੀ ਜਿਹੜੀ ਹੈ ਟਿਊਬਾਂ ਡੈਮੇਜ ਹੋ ਜਾਂਦੀਆਂ, ਉਹ ਟਿਊਬਾਂ ਨਹੀਂ ਖੁੱਲ੍ਹ ਸਕਦੀਆਂ ਕਿਸੇ ਵੀ ਤਰੀਕੇ ਦੇ ਨਾਲ, ਉਹ ਜਿਹੇ ਕੇਸਿਸ ਵਿੱਚ ਟੈਸਟ ਟਿਊਬ ਬੇਬੀ ਕੀਤਾ ਜਾਂਦਾ ਹੈ। ਜਾਂ ਫਿਰ ਬਹੁਤ ਸਾਰੇ ਜਿਹੜੇ ਪੇਸ਼ੈਂਟਸ ਹੁੰਦੇ ਆ ਜਿਨ੍ਹਾਂ ਨੂੰ IUI ਸਾਈਕਲ, ਜਿਹੜਾ ਸਿੰਪਲ ਜਿਹੜਾ ਸੀਮਨ ਇੰਜੈਕਟ ਕਰਾਇਆ ਜਾਂਦਾ ਹੈ, ਉਹ ਸਾਈਕਲ ਫੇਲ ਹੋ ਜਾਂਦੇ ਹੈ, ਤਾਂ ਵੀ ਟੈਸਟ ਟਿਊਬ ਬੇਬੀ ਕੀਤਾ ਜਾਂਦਾ ਹੈ। ਕਈ ਵਾਰ ਕਈ ਕਪਲਸ ਹੁੰਦੇ ਆ ਜਿਨ੍ਹਾਂ ਨੂੰ ਕੋਈ ਕਾਰਨ ਨਹੀਂ ਲੱਭਿਆ ਜਾਂਦਾ, ਪੇਸ਼ੈਂਟ ਕਹਿੰਦਾ ਕਿ ਹਸਬੈਂਡ ਵੀ ਠੀਕ ਹੈ, ਵਾਈਫ ਵੀ ਠੀਕ ਹੈ, ਪਰ ਉਹਨਾਂ ਦੀ ਪ੍ਰੈਗਨੈਂਸੀ ਨਹੀਂ ਹੋ ਰਹੀ,